ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਕਿਵੇਂ ਤੁਸੀਂ ਸਾਰੇ ਉਮੀਦਵਾਰਦਿਆਂ ਤੁਸੀਂ ਸਾਰੇ ਠੀਕ ਹੋਵੋਗੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਪੰਜਾਬ ਦੇ ਸਿੱਖਿਆ ਵਿਭਾਗ ਦੇ ਲਈ ਕੁਝ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਵੱਲੋਂ ਕੁਝ ਵੱਡੇ ਐਲਾਨ ਕੀਤੇ ਗਏ ਨੇ ਨਾਲ ਦੀ ਨਾਲ ਬਿਜਲੀ ਵਿਭਾਗ ਦੇ ਵਿੱਚ ਵੀ ਉਹਨਾਂ ਵੱਲੋਂ ਐਲਾਨ ਕੀਤੇ ਗਏ ਨੇ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਭਗਵੰਤ ਮਾਨ ਉਹ ਸਕੂਲਾਂ ਦਾ ਦੌਰਾ ਕਰਨ ਜਾ ਰਹੇ ਨੇ ਠੀਕ ਹੈ ਉੱਥਾਂ ਦੀ ਜਿਹੜੀ ਕਾਰਜਕਾਰੀ ਹੈ ਉੱਥਾਂ ਦੀ ਜਿਹੜੀ ਐਜੂਕੇਸ਼ਨ ਹੈ ਉਹਨਾਂ ਦੇ ਸਕੂਲਾਂ ਦੀ ਜਿਹੜੀ ਪੂਰੀ ਕਾਰਗੁਜ਼ਾਰੀ ਦੇਖੀ ਜਾਵੇਗੀ ਠੀਕ ਹੈ ਤਾਂ 18 April ਨੂੰ ਆਪਣੇ ਭਗਵਾਨ ਪ੍ਰਮਾਨ ਸਾਹਿਬ ਜਿਹੜੇ ਜਾ ਰਹੇ ਨੇ ਦਿੱਲੀ ਵਿਖੇ ਦੌਰਾ ਕਰਨ ਇਸ ਤੋਂ ਇਲਾਵਾ ਦੇਖੋ ਜਿਹੜਾ ਸਿੱਖਿਆ ਸੁਧਾਰ ਦੇ ਵਿੱਚ ਉਹਨਾਂ ਵੱਲੋਂ ਐਲਾਨ ਕੀਤੇ ਗਏ ਨੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਪੰਜਾਬ 'ਚ ਸਿੱਖਿਆ ਸੁਧਾਰ ਵੱਲ ਹੋਵੇਗਾ ਮਹੱਤਵਪੂਰਨ ਕਦਮ ਕੀ ਐਲਾਨ ਕੀਤੇ ਗਏ ਨੇ ਤੁਸੀਂ ਇੱਥੇ ਪੜ੍ਹ ਸਕਦੇ ਹੋ ਕਿ ਪੰਜਾਬ 'ਚ ਸਿੱਖਿਆ ਦੇ ਖੇਤਰ 'ਚ ਹੋਣਗੇ ਸੁਧਾਰ education ਦੇ ਜਿਹੜਾ ਫੀਲਡ ਹੈ ਉਸ ਦੇ ਵਿੱਚ ਸੁਧਾਰ ਕੀਤੇ ਜਾਣਗੇ ਤੇ ਜਿਹੜੀ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਬਿਹਤਰੀਨ ਸਿੱਖਿਆ ਮਾਡਲ ਜਿਹੜਾ ਕਿ ਦਿੱਲੀ ਦੇ ਵਿੱਚ ਫੋਲੋ ਕੀਤਾ ਜਾ ਰਿਹਾ ਹੈ ਇੱਕ এডਿਕੇਸ਼ਨ ਦਾ ਵਧੀਆ ਮਾਡਲ ਉਹ ਜਿਹੜਾ ਮਾਡਲ ਹੈ ਹੁਣ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਇਸ ਤੋਂ ਇਲਾਵਾ ਗੱਲ ਕਰ ਲਈ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਕਿ ਪੰਜਾਬ 'ਚ ਬਣਨਗੇ ਵਿਸ਼ਵ ਪੱਧਰੀ ਸਕੂਲ ਇਹ ਪੁਆਇੰਟ ਇੰਪੋਰਟੈਂਟ ਹੈ ਭਗਵਾਨਤਮਾਨ ਵੱਲੋਂ ਗੱਲ ਕਹੀ ਗਈ ਹੈ ਜਿਹੜਾ ਆਪਣਾ ਪੰਜਾਬ ਹੈ ਇਸ ਦੇ ਵਿੱਚ ਵਰਲਡ ਲੈਵਲ ਦੇ ਹੁਣ ਜਿਹੜੇ ਸਕੂਲ ਨੇ ਉਹ ਬਣਾਏ ਜਾਣਗੇ ਤਾਂ ਇਹ 4-5 ਐਲਾਨ ਕੀਤੇ ਗਏ ਨੇ ਜੀ ਸਿੱਖਿਆ ਵਿਭਾਗ ਦੇ ਵਿੱਚ ਠੀਕ ਹੈ ਉਹਨ ਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖਿਆ ਸੁਧਾਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਆਪਾਂ ਨੂੰ ਚੇਂਜ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ ਬਿਜਲੀ ਵਿਭਾਗ ਦੇ ਵਿੱਚ ਤਾਂ ਬਿਜਲੀ ਵਿਭਾਗ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਕਿ 300 ਯੂਨਿਟ ਜਿਹੜੀ ਫ੍ਰੀ ਕੀਤੀ ਜਾਵੇਗੀ ਕਦੋਂ ਤੋਂ 1 ਜੁਲਾਈ ਤੋਂ ਠੀਕ ਹੈ ਤਾਂ ਇਹ ਐਲਾਨ ਕੀਤਾ ਗਿਆ ਜੀ ਬਿਜਲੀ ਵਿਭਾਗ ਦੇ ਵਿੱਚ ਇਸ ਤੋਂ ਇਲਾਵਾ ਜੇਕਰ ਤੁਸੀਂ ਦੇਖੋ ਤਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਮੁੱਖ ਮੰਤਰੀ ਦਫ਼ਤਰ ਜਿਹੜਾ ਬਣਾਇਆ ਜਾਵੇਗਾ ਠੀਕ ਹੈ ਮਤਲਬ ਕਿ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਮੇਨ ਕੰਮ ਦੇ ਲਈ ਚੰਡੀਗੜ੍ਹ ਜਾਣਾ ਪੈਂਦਾ ਸੀ ਪਰ ਹੁਣ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਹਰੇਕ ਡਿਸਟ੍ਰਿਕਟ ਦੇ ਵਿੱਚ ਜਿਹੜਾ ਇੱਕ ਮੁੱਖ ਮੰਤਰੀ ਦਫ਼ਤਰ ਬਣਾਇਆ ਜਾਵੇਗਾ ਜਿੱਥੇ ਕਿ ਜ਼ਿਲ੍ਹਾ ਦਫ਼ਤਰ ਜਿਹੜੇ ਨੇ ਨੋਡਲ ਅਫਸਰ ਬੈਠਣਗੇ ਬੇਨਤੀ ਕਰਤਾ ਦੀ ਜਿਹੜੀ ਮੰਗ ਦੀ ਕੰਪਿਊਟਰ ਐਂਟਰੀ ਹੋ ਕੇ ਰਸੀਦ ਮਿਲੇਗੀ ਮਤਲਬ ਕਿ ਉੱਥੇ ਆਪਾਂ ਨੂੰ ਇੱਕ ਰਸੀਦ ਮਿਲੇਗੀ ਉਸ ਦੇ ਅਕੋਰਡਿੰਗ ਜਿਹੜਾ ਆਪਣਾ ਕੰਮ ਕੀਤਾ ਜਾ ਕਿ ਜੋ ਵੀ ਤੁਸੀਂ ਮੰਗ ਰੱਖੋਗੇ ਠੀਕ ਹੈ ਉਹ ਦਫ਼ਤਰ ਦੇ ਵਿੱਚ ਜਿਹੜਾ ਬਣਾਇਆ ਜਾਵੇਗਾ ਤਾਂ ਉਹ ਜਿਹੜੀ ਮੰਗ ਹੈ ਉਹ ਸਿੱਧਾ ਸੀਐਮ ਆਫਿਸ ਪਹੁੰਚੇਗੀ ਉੱਥੋਂ ਦੇ ਜਿਹੜੇ ਅਫਸਰ ਨੇ ਉਸਤੇ ਕਾਰਵਾਈ ਕਰਨਗੇ ਤਾਂ ਇਹ ਵੱਡਾ ਐਲਾਨ ਕੀਤਾ ਗਿਆ ਜੀ ਆਪਣੇ ਪੰਜਾਬ ਸਰਕਾਰ ਦੁਆਰਾ ਉਹਨਾਂ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਹੁਣ ਨਵੀਂ ਸਰਕਾਰ ਆਈ ਹੈ ਇੱਕ ਡਿਜੀਟਲ ਤਰੀਕੇ ਦੇ ਨਾਲ ਜਿਹੜੀ ਆ ਕੰਮ ਕਰੇਗੀ ਇਸ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਬਾਕੀ ਐਲਾਨਾਂ ਦੀ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ 920 ਮੈਗਾਵਾਟ ਸੋਲਰ ਪਾਵਰ ਦੇ ਉਤਪਾਦਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜਿਹੜੀ ਸਰਕਾਰੀ ਭਵਨ ਅਤੇ ਕਾਲਜ ਨੇ ਇਹਨਾਂ ਦੀਆਂ ਛੱਤਾਂ ਤੇੜ ਨੇ ਸੋਲਰ ਪੈਨਲ ਲਗਾਏ ਜਾਣਗੇ ਇਸੇ ਤਰ੍ਹਾਂ ਦੇ ਹੋਰ ਦੋ ਚਾਰ ਜਿਹੜੇ ਕੰਮ ਨੇ ਆਪਣੇ ਪੰਜਾਬ ਗਵਰਨਮੈਂਟ ਦੁਆਰਾ ਕੀਤੇ ਜਾ ਰਹੇ ਨੇ ਨਾਲ ਦੀ ਨਾਲ ਤੁਸੀਂ ਇਹ ਵੀ ਦੇਖ ਲਓ ਕਿ ਇੱਥੇ ਕੈਬਿਨੇਟ ਮੀਟਿੰਗ ਦੇ ਵਿੱਚ ਜਿਹੜੇ ਮੁੱਖ ਫੈਸਲੇ ਲਏ ਗਏ ਸਨ ਤਾਂ ਇਹਦੀ ਨੂੰ ਇਨਫਾਰਮੇਸ਼ਨ ਜਿਹੜੀ ਤੁਹਾਨੂੰ ਆਲਰੇਡੀ ਮਿਲ ਗਈ ਹੋਵੇਗੀ ਇਸ ਦੇ ਵਿੱਚ ਜਿਹੜੀਆਂ ਨੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਨੇ ਉਸ ਦੇ ਵਿੱਚ ਲਗਭਗ 145 ਦੇ ਕਰੀਬ ਜਿਹੜੀਆਂ ਪੋਸਟਾਂ ਨੇ ਉਹ ਆਊਟ ਕੀਤੀਆਂ ਜਾਣਗੀਆਂ ਠੀਕ ਹੈ ਇਹਨਾਂ ਵੱਲੋਂ ਜਿਹੜੀ ਹੈ ਪੋਸਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਭਗਵੰਤਮਾਨ ਵੱਲੋਂ ਤਾਂ ਇਹਨਾਂ ਪੋਸਟਾਂ ਦਾ ਨੇ ਨੋਟੀਫਿਕੇਸ਼ਨ ਆ ਉਹ ਵੀ ਜਲਦੀ ਆਊਟ ਕਰ ਦਿੱਤਾ ਜਾਵੇਗਾ ਤਾ ਇਸ ਤਰ੍ਹਾਂ ਦੇ ਕੁਝ ਇੰਪੋਰਟੈਂਟ ਜਿਹੜੇ ਐਲਾਨ ਨੇ ਉਹ ਆਪਣੇ ਪੰਜਾਬ ਗਵਰਨਮੈਂਟ ਦੁਆਰਾ ਕੀਤੇ ਗਏ ਨੇ ਇਹ ਕੁਝ ਇੰਪੋਰਟੈਂਟ ਐਲਾਨ ਸੀ ਜਿਹੜੇ ਕਿ ਆਪਣੇ ਪੰਜਾਬ ਗਵਰਨਮੈਂਟ ਦੁਆਰਾ ਸੀਐਮ ਵੱਲੋਂ ਕੀਤੇ ਗਏ ਹਨ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ ਕਿ ਦੇਖੋ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੀਆਂ ਗਰੰਟੀਆਂ ਤੇ ਐਲਾਨ ਆਪਣੇ ਗਵਰਨਮੈਂਟ ਦੁਆਰਾ ਕੀਤੇ ਗਏ ਨੇ ਤਾਂ ਹੁਣ ਇਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਜਿੰਨੀਆਂ ਵੀ ਗਰੰਟੀਆਂ ਤੇ ਜਿੰਨੇ ਵੀ ਐਲਾਨ ਇਹਨਾਂ ਵੱਲੋਂ ਕਰੇ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਹੋ ਸਕਦਾ ਹੈ ਕਿ ਟਾਈਮ ਲੱਗ ਸਕਦਾ ਹੈ ਕੰਪਲੀਟ ਹੋਣ ਦੇ ਲਈ ਪਰੰਤੂ ਜਿਹੜਾ ਕੰਪਲੀਟ ਜ਼ਰੂਰ ਹੋਣਗੇ ਇਹ ਆਪਣੇ ਸੀਐਮ ਠੀਕ ਹੈ ਬਾਕੀ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਕਿਹੜੇ ਫੀਲਡ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸੁਧਾਰ ਹੈ ਆਪਾਂ ਨੂੰ ਦੇਖਣ ਨੂੰ ਮਿਲੇਗਾ ਫਿਲਹਾਲ ਦੇਖੋ ਜਿਹੜਾ ਇਹ ਵਿਸ਼ਵ ਪਧਰੀ ਸਕੂਲ ਬਣਾਏ ਜਾ ਰਹੇ ਨੇ ਬਿਹਤਰੀਨ ਸਿੱਖਿਆ ਮਾਡਲ ਬਣਾਏ ਜਾ ਰਹੇ ਨੇ ਵਧੀਆ ਗੱਲ ਹੈ ਲੇਕਿਨ ਜਿਹੜੇ ਆਪਾਂ ਨੂੰ ਪਤਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਟੀਚਰਾਂ ਦੀ ਕਮੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਕੋਸ਼ਿਸ਼ ਹੈ ਉਹ ਇਹੀ ਹੋਣੀ ਚਾਹੀਦੀ ਹੈ ਕਿ ਟੀਚਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਬੱਚੇ ਤਾਂ ਹੀ ਪੜ ਪਾਣਗੇ ਜੇਕਰ ਉੱਥੇ ਟੀਚਰ ਮੌਜੂਦ ਹੋਣਗੇ ਤਾਂ ਇਸ ਕਰਕੇ ਬਾਕੀ ਚੀਜ਼ਾਂ ਵੀ ਬਹੁਤ ਵਧੀਆ ਨੇ ਲੇਕਿਨ ਇੱਕ ਐਲਾਨ 635 ਦੀ ਸੁਣਵਾਈ ਹੋਣੀ ਹੈ ਤੇ 18 April ਨੂੰ ਹੀ ਜਿਹੜੇ ਮੁੱਖ ਮੰਤਰੀ ਨੇ ਉਹ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਜਾ ਰਹੇ ਹਨ। ਬਾਕੀ ਜੋ ਵੀ ਆਪਣੇ ਭਰਤੀ ਦੇ ਰਿਗਾਰਡਿੰਗ ਜਾਂ ਹੋਰ ਨਵੇਂ ਐਲਾਨਾਂ ਦੇ ਰਿਗਾਰਡਿੰਗ ਕੋਈ ਵੀ ਅਪਡੇਟ ਆਵੇਗੀ ਤਾਂ ਤੁਹਾਨੂੰ ਆਪਾਂ ਇਸੇ ਚੈਨਲ ਤੇ ਦੱਸਾਂਗੇ ਠੀਕ ਹੈ ਜੇਕਰ ਇਨਫੋਰਮੇਸ਼ਨ ਵਧੀਆ ਲੱਗੀ ਹੈ ਇਨਫੋ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਸਾਰੀਆਂ ਹੈਲਪਫੁਲ ਵੀਡੀਓਜ਼ ਜਿਹੜੀਆਂ ਨੇ ਤੁਹਾਨੂੰ ਇਸ ਚੈਨਲ ਤੋਂ ਮਿਲਦੀਆਂ ਰਹਿੰਦੀਆਂ ਨੇ। ਜ਼ਿਆਦਾ ਜਾਣਕਾਰੀ ਦੇ ਨਾਲ ਲਈ ਤੁਸੀਂ ਟੈਲੀਗ੍ਰam ਗਰੁੱਪ ਨਾਲ ਵੀ ਜੁਆਇਨ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਬਾਕੀ ਫਿਲਹਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਤੁਹਾਡੇ ਕੀ ਵਿਚਾਰ ਹਨ ਭਗਵਾਨਤਮਾਨ ਦੇ ਇਹਨਾਂ ਐਲਾਨਾਂ ਨੂੰ ਲੈ ਕੇ ਜਰੂਰ ਸਾਂਝੇ ਕਰਨਾ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਥੈਂਕ ਯੂ